ਸਰ ਅੱਜ ਸਵੈਟਰ ਵੰਡੇ ਜਾ ਰਹੇ ਨੇ, ਜਿਹੜਾ ਕਿਉਂ ਵੰਡੇ ਜਾ ਰਹੇ ਨੇ, ਵੀ ਕੀ ਰੀਜ਼ਨ ਹੈਗਾ ਅਤੇ ਕੋਈ ਐਨ ਜੀ ਓ ਹੈ ਜਾਂ ਤੁਹਾਡੇ ਵੱਲੋਂ ਵੰਡੇ ਜਾ ਰਹੇ ਨੇ? ਦੇਖੋ, ਅੱਜ ਸਰਕਾਰੀ ਹਾਈ ਸਕੂਲ ਜਿਹੜਾ ਸਨੇਮ ਟਾਵਰੀ ਨਾਨਕ ਨਗਰ ਦੇ ਵਿੱਚ ਆ, ਉਹਦੇ ਵਿੱਚ ਬੱਚਿਆਂ ਨੂੰ ਸਰਦੀ ਦਾ ਮੌਸਮ ਆ, ਔਰ ਸਾਡੇ ਇੱਥੇ ਦੇ ਮੰਡਲ ਪ੍ਰਧਾਨ ਰਜੇਸ਼ ਰਾਣਾ ਜੀ, ਉਹਨਾਂ ਦੀ ਸਾਰੀ ਟੀਮ ਵੱਲੋਂ ਇੱਥੇ ਜੋ ਇਸ ਇਲਾਕੇ ਦੇ ਸਾਡੇ ਪ੍ਰਧਾਨ ਨੇ, ਉਹਨਾਂ ਨੇ ਉਪਰਾਲਾ ਕੀਤਾ ਤਾਂ ਜੋ ਇਹ ਸਰਦੀ ਦੇ ਮੌਸਮ 'ਚ ਅਸੀਂ ਬੱਚਿਆਂ ਨੂੰ ਉਹਨਾਂ ਨੂੰ ਠੰਡ ਤੋਂ ਬਚਾਉਣ ਲਈ ਜੋ ਸਕੂਲ ਦੀ ਡਰੈਸ ਕੋਡ ਆ ਉਹਦੇ ਮੁਤਾਬਕ ਸਵੈਟਰ ਦੇ ਕੇ ਉਹ ਬੱਚੇ ਠੰਡ ਤੋਂ ਬਚ ਸਕਣ। ਬੱਚੇ ਸਾਡਾ ਆਉਣ ਵਾਲਾ ਸਰਮਾਇਆ ਨੇ, ਸੋ ਉਹਨਾਂ ਦੀ ਬਿਹਤਰੀ ਲਈ ਹੋ ਰਿਹਾ। ਸਰ, ਜੇ ਠੰਡ ਦੀ ਗੱਲ ਕਰੀਏ, ਠੰਡ ਵੀ ਬਹੁਤ ਪੈ ਰਹੀ ਹੈ, ਸਕੂਲਾਂ ਦੇ ਵਿੱਚ ਛੁੱਟੀਆਂ ਵੀ ਕਰ ਦਿੱਤੀਆਂ ਗਈਆਂ ਨੇ ਕਈ। ਬੜਾ ਜ਼ਰੂਰੀ ਹੈ ਜੀ, ਮੌਸਮ ਦੇ ਅਕੋਰਡਿੰਗ ਹੀ ਸਾਨੂੰ ਚੱਲਣਾ ਪੈਂਦਾ, ਕਿਉਂਕਿ ਜਿਸ ਤਰ੍ਹਾਂ ਦਾ ਮੌਸਮ ਆ, ਅਗਰ ਬੱਚੇ ਸਰਕਾਰ ਨੇ ਸਹੀ ਫੈਸਲਾ ਲਿਆ ਔਰ ਅਗਰ ਇਹ ਠੰਡ ਜ਼ਿਆਦਾ ਹੁੰਦੀ ਹੈ ਤਾਂ ਸਾਨੂੰ ਉਹਦੇ ਮੁਤਾਬਕ ਸ਼ਾਇਦ ਇਹਨੂੰ ਵਧਾਉਣੀਆਂ ਵੀ ਪੈਣ, ਤਾਂ ਵਧਾਉਣੀਆਂ ਵੀ ਚਾਹੀਦੀਆਂ ਨੇ। ਕੀ ਜ਼ਰੂਰਤਮੰਦ ਬੱਚਿਆਂ ਨੂੰ ਦਿੱਤੇ ਜਾ ਰਹੇ ਜਾਂ ਫਿਰ ਹਲਕੇ? ਉਹ ਸਕੂਲ ਦਾ ਪ੍ਰਸ਼ਾਸਨ ਤੈਅ ਕਰੇਗਾ ਜੀ, ਜਿਹੜੇ ਬੱਚੇ ਉਹ ਸਮਝਦੇ ਨੇ। ਇੱਥੇ ਸਾਰੇ ਬੱਚੇ ਜਿਹੜੇ ਪੜ੍ਹ ਰਹੇ ਨੇ ਉਹ ਸਾਰੇ ਨੀਡੀ ਨੇ, ਆਮ ਗਰੀਬ ਘਰਾਂ ਤੋਂ ਨੇ, ਸੋ ਸਾਰੇ ਜ਼ਰੂਰਤਮੰਦ ਨੇ। ਮੇਰੇ ਖਿਆਲ ਸਾਰੇ ਬੱਚਿਆਂ ਨੂੰ ਹੀ ਦਿੱਤੀਆਂ ਜਾਣੀ ਚਾਹੀਦੀਆਂ ਨੇ। ਹਾਂਜੀ ਮੈਮ, ਕੀ ਕਹਿਣਾ ਚਾਹੋਗੇ ਅੱਜ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਅੱਜ ਸਵੈਟਰ ਵੰਡਣ ਆਏ ਸਕੂਲ 'ਚ? ਹਾਂਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ, ਜਿਹੜਾ ਸਾਡਾ ਸਕੂਲ ਇਹਨਾਂ ਨੇ ਚੂਜ਼ ਕੀਤਾ। ਸਾਡੇ ਸਕੂਲ ਵਿੱਚ ਬਹੁਤ ਹੀ ਗਰੀਬ ਬੱਚੇ ਨੇ, ਪਿਛੜੇ ਵਰਗ ਦੇ ਵੀ ਬੱਚੇ ਨੇ, ਅਤੇ ਠੰਡ ਇੰਨੀ ਪੈ ਰਹੀ ਹੈ ਕਿ ਬੱਚਿਆਂ ਕੋਲ ਪ੍ਰੋਪਰ ਹੈ ਹੀ ਨਹੀਂ ਸਵੈਟਰ ਵਗੈਰਾ, ਅਤੇ ਇਹ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈਗਾ ਕਿ ਸਾਡਾ ਸਕੂਲ ਇਹਨਾਂ ਨੇ ਚੂਜ਼ ਕੀਤਾ, ਆਏ ਨੇ ਔਰ ਸਵੈਟਰ ਜਿਹੜੇ ਬੱਚਿਆਂ ਨੂੰ ਵੰਡਣਗੇ। ਠੰਡ ਦਾ ਮੌਸਮ ਹੈਗਾ ਅਤੇ ਇਹ ਤਾਂ ਲਾਈਕ ਬਹੁਤ ਹੀ ਵੱਡੀ ਇਹਨਾਂ ਦੀ ਇੱਕ ਸਾਡੇ ਸਕੂਲ ਨੂੰ ਦੇਣ ਆਏਗੀ, ਅਤੇ ਬੱਚੇ ਦੇ ਔਰ ਸਟਾਫ ਸਾਰਾ ਸਕੂਲ ਦਾ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਹੈਗਾ। ਸਾਡਾ ਸਕੂਲ ਗਵਰਨਮੈਂਟ ਹਾਈ ਸਕੂਲ ਸਲੇਮ ਟਾਬਰੀ ਨਾਨਕ ਨਗਰ ਲੁਧਿਆਣਾ। ਥੈਂਕ ਯੂ ਸੋ ਮਚ।